ਦਾ ਕਦੀ ਤੁਹਾਨੂੰ ਸਰਕਾਰਾਂ 'ਤੇ ਯਕੀਨ ਹੁੰਦਾ, ਕਦੀ ਤੁਹਾਨੂੰ ਵਿਰੋਧੀ ਧਿਰਾਂ ਦੇ ਉੱਤੇ ਯਕੀਨ ਹੁੰਦਾ, ਅਖੀਰ ਤੁਸੀਂ ਕੱਪੜੇ ਪਾੜ ਦਿੰਦੇ ਹੋ। ਇਹ ਡਰਾਮੇਬਾਜ਼ੀ ਕਿਸ ਚੀਜ਼ ਲਈ ਕਰ ਰਹੇ ਹੋ, ਕੀ ਖੱਟਿਆ ਤੁਸੀਂ ਡਰਾਮੇਬਾਜ਼ੀ? ਨਹੀਂ, ਪੰਜਾਬ 'ਚ ਜ਼ਿਲ੍ਹੇ ਕਿੰਨੇ ਨੇ ਮੈਨੂੰ ਇਹ ਦੱਸੋ। ਜਿਹੜੇ ਬੰਦੇ ਨੂੰ ਪੰਜਾਬ ਦੇ ਜ਼ਿਲ੍ਹੇ ਨਹੀਂ ਪਤਾ ਉਹ ਬੰਦਾ ਪੰਜਾਬ। 14 ਜ਼ਿਲ੍ਹੇ ਹੈਗੇ ਨੀਟੂ ਜੀ, 22 ਜ਼ਿਲ੍ਹੇ ਨੇ ਪੰਜਾਬ ਦੇ। ਉਮੀਦਵਾਰ ਨੂੰ ਇਹ ਨਹੀਂ ਪਤਾ ਕਿ ਮੇਰੇ ਡੱਬੇ 'ਚੋਂ ਵੋਟਾਂ ਕਿੰਨੀਆਂ ਨਿਕਲੀਆਂ ਨੇ, ਉਹ ਦੇਸ਼ ਕਿਵੇਂ ਚਲਾਊਗਾ। ਰਾਸ਼ਟਰਪਤੀ ਕਹਿੰਦੇ ਕਿਉਂ? ਰਾਸ਼ਟਰਪਤੀ ਦਾ ਰਾਜਾ, ਜੇ ਦੇਸ਼ ਦੀ ਰਾਜਾ ਪ੍ਰਜਾ ਸੁਖੀ ਨਹੀਂ ਹੈਗੀ, ਉਹਨੂੰ ਰਾਜਾ ਬਣਨ ਦਾ ਕੋਈ ਚਾਂਸ ਨਹੀਂ। ਬਸ ਤੁਸੀਂ ਰਾਜਾ ਬਣਨਾ ਚਾਹੁੰਦੇ। ਤੁਹਾਡਾ ਪਹਿਲਾਂ ਮੈਨੂੰ ਇਹ ਦੱਸੋ, ਤੁਹਾਡੇ ਖਿਲਾਫ ਕੈਂਡੀਡੇਟ ਕਿਹੜੇ ਕਿਹੜੇ ਸੀਗੇ? 8 ਕੈਂਡੀਡੇਟ ਸੀਗੇ। ਪੰਜਾਬ 'ਚ 4 ਜ਼ਿਮਨੀ ਚੋਣਾਂ ਦੇ ਨਤੀਜੇ ਜਿਹੜੇ ਆ ਚੁੱਕੇ ਨੇ। 3 ਸੀਟਾਂ ਦੇ ਉੱਤੇ ਕਾਂਗਰਸ ਦੇ ਵੱਲੋਂ ਬਾਜ਼ੀ ਮਾਰੀ ਗਈ ਹੈ, ਜਦਕਿ 1 ਸੀਟ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਨੇ ਕਾਂਗਰਸ ਦੇ ਦਿੱਗਜ ਲੀਡਰ ਕਹਿ ਲਈਏ ਜਾਂ CM ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਹੀ ਨਜ਼ਦੀਕੀ ਕੈਪਟਨ ਸੰਦੀਪ ਸੰਧੂ ਨੂੰ ਜਿਹੜੀ ਆ ਮਾਤ ਦਿੱਤੀ ਹੈ। ਪਰ ਇੱਕ ਕਰੈਕਟਰ, ਇੱਕ ਉਮੀਦਵਾਰ, ਇੱਕ ਅਜਿਹਾ ਵੀ ਹੈ ਜਿਹਨੂੰ ਇੱਕ ਵਾਰ ਫਿਰ ਹਾਰ ਨਸੀਬ ਹੋਈ ਹੈ ਔਰ ਹਾਰ ਦੀ ਬੁਖਲਾਹਟ ਇੰਨੀ ਹੈ ਕਿ ਉਹਨੇ ਆਪਣੇ ਕੱਪੜੇ ਵੀ ਤੱਕ ਪਾੜ ਦਿੱਤੇ ਨੇ। ਸਾਡੇ ਨਾਲ ਨੀਟੂ ਸ਼ਟਰਾਂ ਵਾਲੇ ਨੇ। ਨੀਟੂ ਜੀ, ਇੱਕ ਵਾਰ ਸਵਾਗਤ ਹੈ ਤੁਹਾਡਾ ਬਹੁਤ। ਨਮਸਕਾਰ ਜੀ। ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਕੱਪੜੇ ਕਿਉਂ ਪਾੜੇ ਤੁਸੀਂ? ਕਦੇ ਤੁਸੀਂ ਰੋਂਦੇ ਹੋ? ਕਦੀ ਤੁਹਾਨੂੰ ਆਪਣੇ ਪਰਿਵਾਰ ਦੇ ਉੱਤੇ ਯਕੀਨ ਨਹੀਂ ਹੁੰਦਾ? ਕਦੀ ਤੁਹਾਨੂੰ ਲੋਕਾਂ ਦੇ ਯਕੀਨ ਨਹੀਂ ਹੁੰਦਾ? ਕਦੀ ਤੁਹਾਨੂੰ ਸਰਕਾਰਾਂ ਦੇ ਯਕੀਨ ਨਹੀਂ ਹੁੰਦਾ? ਕਦੀ ਤੁਹਾਨੂੰ ਵਿਰੋਧੀ ਧਿਰਾਂ ਦੇ ਉੱਤੇ ਯਕੀਨ ਨਹੀਂ ਹੁੰਦਾ? ਅਖੀਰ ਤੁਸੀਂ ਕੱਪੜੇ ਪਾੜ ਦਿੰਦੇ ਹੋ। ਇਹ ਡਰਾਮੇਬਾਜ਼ੀ ਕਿਸ ਚੀਜ਼ ਲਈ ਕਰ ਰਹੇ ਹੋ, ਕੀ ਖੱਟਿਆ ਤੁਸੀਂ ਡਰਾਮੇਬਾਜ਼ੀ? ਸਰ, ਐਤਕੀ ਵੀ ਮੈਂ ਪੈਸੇ ਫੜੇ ਸੀ ਵਿਆਜ 'ਤੇ, 4 ਜਗ੍ਹਾ ਤੋਂ ਫਾਈਲਾਂ ਭਰੀਆਂ, ਜਲਾਲਾਬਾਦ, ਲੁਧਿਆਣਾ, ਫਗਵਾੜਾ, ਮਕੇਰੀਆਂ 'ਚ। ਇਹਨਾਂ ਲੀਡਰਾਂ, ਸਿਆਸਤੀ ਲੀਡਰਾਂ ਨੇ ਮੇਰੀ 4 ਫਾਈਲਾਂ ਰਿਜੈਕਟ ਕਰਾ ਕੇ 10% 'ਤੇ ਫੜੇ, 60,000 ਰੁਪਏ ਜਿਹੜਾ ਮੈਂ ਫਾਈਲਾਂ 'ਤੇ ਖਰਚਾ ਕੀਤਾ। ਅੱਜ ਮੈਨੂੰ ਦੁੱਖ ਆ ਰਿਹਾ ਵੀ ਇਹਨਾਂ ਲੀਡਰਾਂ ਨੇ ਦਿਨ ਤਿਉਹਾਰਾਂ ਵਾਲੇ ਦਿਨ ਵੀ ਇਲੈਕਸ਼ਨ ਰੱਖੇ, ਕਿਉਂ ਰੱਖੇ ਗਏ? ਜੇ ਦਿਨ ਤਿਉਹਾਰ ਆ ਤਾਂ ਫਿਰ ਤੁਹਾਨੂੰ ਤੁਹਾਡੇ ਗੱਲ 'ਚ ਹਾਰ ਪਾ ਦੇਣੀ ਚਾਹੀਦੀ? ਨਹੀਂ, ਹਾਰ ਨਾ ਪਾ ਸਕਣ ਤਾਂ ਇਹਨਾਂ ਨੂੰ ਦੇਖਣਾ ਚਾਹੀਦਾ, ਇਲੈਕਸ਼ਨ ਕਮਿਸ਼ਨਰ ਨੂੰ ਦੇਖਣਾ ਚਾਹੀਦਾ। ਇਹਨਾਂ ਦੀ ਸਰਕਾਰਾਂ ਜਦ ਵੀ ਆਈਆਂ ਧੱਕੇ ਕਰਦੀਆਂ ਜੀ। ਕਾਂਗਰਸ ਸਰਕਾਰ ਨੇ ਜਦ ਵੀ ਕੀਤਾ ਸਾਡਾ ਧੱਕਾ ਕੀਤਾ, ਸਾਡੇ ਗੁਰਦੁਆਰੇ ਤੋੜ ਤੇ ਗਏ, ਰਵਗੁਰੂ ਰਵਿਦਾਸ ਗੁਰਦੁਆਰੇ ਤੋੜ ਤੇ ਗਏ ਇਹਨਾਂ ਨੇ, ਕਾਂਗਰਸੀਆਂ ਨੇ ਔਰ ਅਕਾਲੀ ਦਲ ਔਰ ਭਾਜਪਾ ਨੇ, ਤਿੰਨੇ ਇੱਕੋ ਹੀ ਹੈ। ਇਸ ਗੱਲ ਤੇ, ਇਸ ਗੱਲ ਤੇ ਬਾਅਦ ਚ ਹੋਣੇ ਤੁਹਾਡੇ ਤੋਂ, ਇਸ ਤਿੰਨੋ ਗੱਲਾਂ ਵਿੱਚ ਤਿੰਨੇ ਇੱਕੋ ਪਾਸੇ, ਇਸ ਗੱਲ ਤੇ ਅਲੱਗ ਅਲੱਗ ਦੱਸਣਾ ਚਾਹੁੰਦੇ ਆ। ਇਸ ਗੱਲ ਤੇ ਬਾਅਦ ਚ ਹੋਣੇ ਆ। ਇਹ ਦੱਸੋ ਵੀ ਤੁਹਾਨੂੰ ਵਿਆਜੀ ਪੈਸੇ ਚੁੱਕ ਕੇ ਕੀ ਲੋੜ ਪੈ ਗਈ ਹੈ ਵੀ ਤੁਸੀਂ ਇਲੈਕਸ਼ਨ ਲੜੇ ਹੋ? ਤਾਂ ਪਿਛਲੀ ਵਾਰੀ ਵੀ ਤੁਸੀਂ ਵੇਖਿਆ ਵੋਟਾਂ ਕਿੰਨੀਆਂ ਤੁਹਾਨੂੰ ਪਈਆਂ, ਇਸ ਵਾਰ ਫਿਰ ਤੁਸੀਂ ਵਿਆਜੀ ਪੈਸੇ ਚੁੱਕ ਕੇ ਆਪਣੀ ਦੁਕਾਨ ਦਾ ਸ਼ਟਰ ਬੰਦ ਕਰਕੇ ਤੁਸੀਂ ਇਲੈਕਸ਼ਨ ਲੜੇ ਹੋ, ਕੀ ਕਿਸ ਮਤਲਬ ਫਿਊਚਰ ਕੀ ਵੇਖਣਾ ਚਾਹੁੰਦੇ ਤੁਸੀਂ ਆਪਣਾ? ਸਰ, ਜਨਤਾ ਨਾਲ ਜੁੜੀ ਸੀਗੀ, ਮੈਨੂੰ ਇਹ ਭਰੋਸਾ ਸੀ ਕਿ ਜਨਤਾ ਸ਼ਾਇਦ ਐਤ। ਪਰ ਭਰੋਸਾ ਤਾਂ ਇਸ ਵਾਰ ਫਿਰ ਨਹੀਂ ਜਿਤਾਇਆ ਜਨਤਾ ਨੇ ਤੁਹਾਡੇ 'ਤੇ। ਜੇ ਜਨਤਾ ਵਿਕ ਸਕਦੀ ਤਾਂ ਮੈਂ ਵੀ ਵਿਕ ਸਕਦਾ, ਮੈਨੂੰ ਵੀ ਆਫਰ ਆ ਰਹੀ ਆ, ਪਰ ਮੈਂ ਇੱਦਾਂ ਵਿਕਾਊ ਬੰਦਾ ਨਹੀਂ ਹੈਗਾ। ਮੈਂ ਆਪਣੀ ਬੋਰਡ ਦੀ ਕੀਮਤ, ਆਪਣੀ ਬੋਰਡ ਦੀ, ਬਾਬਾ ਡਾਕਟਰ ਅੰਬੇਦਕਰ ਸਾਹਿਬ ਨੇ ਜੋ ਕਿਹਾ ਸੀਗਾ ਭਾਰਤ ਦੇ ਸੰਵਿਧਾਨ 'ਚੋਂ ਲਿਖਿਆ, ਜੈ 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 ਜਵਾਨ ਜੈ ਕਿਸਾਨ ਦਾ ਨਾਰਾ ਸੀਗਾ, ਇੱਕ ਜੈ ਭੀਮ ਜੈ ਭਾਰਤ, ਇਹ ਸਾਡੇ ਦੇਸ਼ ਦੇ ਦੋ ਨਾਰੇ ਸੀਗੇ, ਅਸੀਂ ਇਹਨਾਂ ਨੂੰ ਭੁੱਲ ਬੈਠੇ ਹਾਂ। ਕੋਈ ਆਉਂਦਾ ਵਾ ਕਹਿੰਦਾ ਮੈਂ ਨੌਜਵਾਨਾਂ ਨੂੰ ਨੌਕਰੀ ਦਊਂਗਾ, ਕੋਈ ਕਹਿੰਦਾ ਮੈਂ ਸਮਾਰਟਫੋਨ ਦਊਂਗਾ, ਕੋਈ ਖਾਧੀ ਪੀਤੀ ਕਹਿੰਦਾ ਮੈਂ 15-15 ਲੱਖ ਰੁਪਈਆ ਤੁਹਾਡੇ ਅਕਾਊਂਟ 'ਚ ਪਾ ਦੂੰਗਾ। 15 ਲੱਖ ਕੀ ਪਾਉਣਾ ਮੋਦੀ ਸਰਕਾਰ? ਜਿਹੜਾ ਮੇਰੇ ਦੇਸ਼ ਵਾਸਤੇ ਸੋਚੇਗਾ ਮੈਂ ਉਸ ਪਾਰਟੀ ਵਿੱਚ ਆਊਂਗਾ, ਚਾਹੇ ਉਹ ਕਾਂਗਰਸ ਹੋਵੇ, ਚਾਹੇ BJP ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ, ਜਿਹੜਾ ਮੇਰੇ ਦੇਸ਼ ਵਾਸਤੇ ਨਹੀਂ ਸੋਚੇਗਾ ਉਹ ਮੇਰਾ ਦੁਸ਼ਮਣ ਆ। ਤੁਸੀਂ ਕੀ ਕਰੋਗੇ? ਨਹੀਂ ਮੰਨਿਆ ਜਾਵੇਗਾ ਸਰ, ਅੱਗੇ ਤੋਂ ਮੈਂ ਨਹੀਂ ਲੜੂੰਗਾ ਇਲੈਕਸ਼ਨ, ਪਰ ਮੈਂ ਆਪਣੇ ਆਜ਼ਾਦ ਹਿੰਦੁਸਤਾਨ ਦੇ ਵਿੱਚ, ਪੂਰੇ ਹਿੰਦੁਸਤਾਨ ਦੇ ਵਿੱਚ ਕੈਂਡੀਡੇਟ ਆਜ਼ਾਦ ਨੂੰ ਖੜੂ ਕਰੂੰਗਾ। ਕਾਲਜ ਦੇ ਮੁੰਡੇ ਹੋ ਗਏ, ਕੁੜੀਆਂ ਆਉਣਗੇ, ਨਵੇਂ ਤੋਂ ਨਵੇਂ ਬੰਦੇ ਚਿਹਰੇ ਲਿਆ ਕੇ ਇਹਨਾਂ ਨੂੰ। ਅੱਛਾ ਨੀਟੂ ਜੀ, ਇੱਕ ਗੱਲ ਦਾ ਜਵਾਬ ਦਿਓ, ਜਿਹੜਾ ਜੀ ਵੋਟ ਤੋੜ ਕੇ ਆਪਣੇ ਵੱਖਰੇ ਕੈਂਡੀਡੇਟ ਬਣਾਊਂਗਾ ਔਰ ਵੱਡੇ ਇਲੈਕਸ਼ਨ ਲਾਊਂਗਾ, ਲੜੂੰਗਾ ਛੋਟੇ ਇਲੈਕਸ਼ਨ ਦੇ ਵਿੱਚ ਮੈਂ। ਅੱਛਾ, ਇੱਕ ਗੱਲ ਦਾ ਜਵਾਬ ਦਿਓ, ਅੱਜ ਵੋਟਾਂ ਕਿੰਨੀਆਂ ਪਈਆਂ ਤੁਹਾਨੂੰ? ਅੱਜ ਵੋਟਾਂ 700 ਕੁਛ ਵੋਟ ਪਈ ਹੈ। ਜਿਸ ਉਮੀਦਵਾਰ ਨੂੰ ਆਪਣੇ ਵੋਟਾਂ ਦੇ ਅੰਕੜਿਆਂ ਦਾ ਨਹੀਂ ਪਤਾ, ਉਹ ਦੇਸ਼ ਚਲਾਉਣ ਦੀਆਂ ਗੱਲਾਂ ਕਰ ਰਿਹਾ, ਉਹ ਕਹਿੰਦਾ ਮੈਂ ਇੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਕੇ ਪਾਰਟੀ ਬਣਾਊਂਗਾ, ਉਮੀਦਵਾਰ ਲੜਾਊਂਗਾ, ਜਿਸ ਉਮੀਦਵਾਰ ਨੂੰ ਇਹ ਨਹੀਂ ਪਤਾ ਕਿ ਮੇਰੇ ਡੱਬੇ 'ਚੋਂ ਵੋਟਾਂ ਕਿੰਨੀਆਂ ਨਿਕਲੀਆਂ ਨੇ, ਉਹ ਦੇਸ਼ ਕਿਵੇਂ ਚਲਾਊਗਾ? ਪਰਿਵਾਰ ਤੁਹਾਡਾ ਪਿੱਛੇ ਇੱਕ ਟ੍ਰੈਜਡੀ ਵਾਪੀ, ਬੜੇ ਦੁੱਖ ਦੀ ਗੱਲ ਹੈ।
ਅੱਜ ਤੁਸੀਂ ਉਹਦੇ ਵੱਲ ਵੀ ਗੌਰ ਨਹੀਂ ਕਰ ਰਹੇ ਹੋ, ਲਗਾਤਾਰ ਵਿਆਜ ਤੇ ਪੈਸੇ ਚੱਕ ਕੇ ਇਹਦੇ ਵਿੱਚ ਉਜਾੜਾ ਕਰ ਰਹੇ ਹੋ ਤੁਸੀਂ? ਗੌਰ ਉਸੇ ਵੱਲ ਤਾਂ ਕੀਤਾ ਹੈਗਾ, ਉਹਨਾਂ ਬੱਚਿਆਂ ਦੀ ਸੇਫਟੀ ਵਾਸਤੇ ਮੈਂ ਆਪਣੇ ਘਰ ਦੇ 4 ਫੈਮਿਲੀ ਮੈਂਬਰ ਖੜੇ ਕੀਤੇ ਸੀਗੇ, ਪਰ ਇਹਨਾਂ ਭ੍ਰਿਸ਼ਟਾਚਾਰ ਲੀਡਰਾਂ ਨੇ ਮੇਰੀ ਇੱਕ ਨਹੀਂ ਚੱਲਣ ਦਿੱਤੀ, ਮੇਰੀਆਂ ਫੈਮਿਲੀਆਂ ਚਾਰੇ ਰਿਜੈਕਟ ਕਰਾ ਦਿੱਤੀਆਂ। ਉਹ ਤੇ ਮਾਂ ਚਿੰਤਪੁਰਨੀ ਦੀ ਕਿਰਪਾ ਦੇ ਨਾਲ ਮੇਰੇ ਪਾਵਰ ਮਹਾਮਾਈ ਨੇ ਸ਼ਕਤੀ ਦਿੱਤੀ ਤੇ ਮੇਰੀ ਫਾਈਲ ਉੱਥੇ ਰਿਪੋਰਟ ਆਈ, ਨਹੀਂ ਤੇ ਮੇਰੀ ਫਾਈਲ ਇੱਥੇ ਵੀ ਇਹਨਾਂ ਨੇ ਲੀਡਰਾਂ ਨੇ ਸਿਆਸਤੀ ਲੀਡਰਾਂ ਨੇ ਕੋਈ ਲੀਡਰ ਪੁਣਾ ਤੇ ਤੁਹਾਨੂੰ ਲੱਗਦਾ ਨਹੀਂ ਵੀ ਵਿਆਜੀ ਪੈਸੇ ਚੁੱਕੇ ਤੁਸੀਂ 4 ਸੀਟਾਂ ਤੋਂ ਫਾਈਲਾਂ ਭਰੀਆਂ, ਇਹ ਕੋਈ ਬੇਕੂਫੀ ਤੋਂ ਘੱਟ ਨਹੀਂ ਗਾ ਇਹ ਕੰਮ? ਬੇਕੂਫੀ ਨਹੀਂ ਸੀ, ਦੁਨੀਆ ਪੂਰੀ ਨਾਲ ਸੀ, ਅੱਜ ਵੀ ਲੋਕਾਂ ਦੇ ਲੱਖਾਂ ਹੀ ਫੋਨ ਆਉਂਦੇ ਵੀ ਜੇ ਤੇਰੇ ਬੰਦੇ ਨਹੀਂ ਖੜੇ ਅਸੀਂ ਵੋਟ ਕਿਸੇ ਹੋਰ ਨੂੰ ਪਾ ਦਿੰਦੇ। ਜਿਹੜਾ ਕਰਜ਼ਾ ਚੱਕ ਚੁੱਕ ਲਿਆ ਤੁਸੀਂ ਉਹ ਕਿੱਦਾਂ ਉਤਾਰੋਗੇ? ਕਰਜ਼ਾ ਉਤਾਰਾਂਗੇ ਸਰ, ਮਿਹਨਤ ਕਰਾਂਗੇ, ਹੁਣ ਕੀ ਕਰਾਂਗੇ? ਕੀ ਇਹਦੇ ਨਾਲ ਪਰਿਵਾਰ ਦੀ ਨਹੀਂ ਮੁਸੀਬਤ ਵਧੀ? ਕੱਲ ਨੂੰ ਮੈਂ ਨਹੀਂ ਦੇਖ ਸਕਦਾ ਜੇ ਜਨਤਾ ਦੀ ਵੋਟ ਵਿਕ ਸਕਦੀ ਆ ਇੱਕ ਬੋਤਲ ਪਿੱਛੇ ਜਾਂ ਇੱਕ ਵੋਟ ਪਿੱਛੇ। ਜਿਹੜੇ ਬੰਦੇ ਨੂੰ 700 ਵੋਟ ਪਾਈ ਨਾ, ਮੈਂ ਉਹਨਾਂ ਦਾ ਬੜਾ ਧੰਨਵਾਦ ਹੀ ਕਰਨਾ ਚਾਹੁੰਦਾ, ਉਹ ਫਗਵਾੜੇ ਵਾਲੇ ਵਾਸੀਆਂ ਚਾਹੇ ਵੋਟ ਜਿਹਨੇ ਵੋਟ ਪਾਈ ਜਿਹਨੇ ਨਹੀਂ ਪਾਈ, ਪਰ ਉਹ ਇੱਕ ਵਾਰੀ ਮੈਨੂੰ ਮੌਕਾ ਜ਼ਰੂਰ ਦਿੰਦੇ, ਇੱਕ ਮੌਕਾ ਦਿੰਦੇ ਮੈਂ ਹਿੰਦੁਸਤਾਨ ਪੂਰਾ ਬਦਲ ਦੇਣਾ ਸੀਗਾ। ਇੱਕ MLA ਕੋਈ ਕਿਹਾ ਮੈਂ ਵੀ ਦੇਖ ਸਕਦਾ, ਜਿਵੇਂ ਤੁਸੀਂ ਹੁਣੇ ਕਿਹਾ ਕਿ ਹੁਣ ਮੈਂ ਦੁਬਾਰਾ ਚੋਣ ਨਹੀਂ ਲੜਨੀ, ਪਰ ਬੀਤੇ ਦਿਨੀ ਤੁਸੀਂ ਇਹ ਕਿਹਾ ਸੀ ਤੁਸੀਂ ਰਾਸ਼ਟਰਪਤੀ ਦੀ ਚੋਣ ਲੜਨੀ ਹੈ, ਤੁਸੀਂ ਇਹ ਚੋਣ ਤੇ ਜਿੱਤ ਨਹੀਂ ਸਕੇ ਤੇ ਫਿਰ ਰਾਸ਼ਟਰਪਤੀ ਦੀ ਚੋਣ? ਰਾਸ਼ਟਰਪਤੀ ਦੀ ਚੋਣ ਜੁਜ ਤਰਾਂਗੇ ਜਦ ਆਪਾਂ ਸਾਰੇ ਯਾਦ ਖੜੇ ਕਰਾਂਗੇ ਆਪਣੇ ਕੈਂਡੀਡੇਟ ਜਿੰਨੇ ਵੀ ਹੋਣਗੇ। ਰਾਸ਼ਟਰਪਤੀ ਬੰਦਾ ਕਿਵੇਂ ਆ? ਰਾਸ਼ਟਰਪਤੀ ਬੰਦਾ ਜੀ MP ਦੇ MP ਦੰਦੇ ਜਿਹਨੇ ਉਹ ਸਾਰੇ ਰਾਸ਼ਟਰਪਤੀ ਚੁਣਦੇ, ਆਪਣੇ ਪ੍ਰਧਾਨ ਮੰਤਰੀ ਦੇ ਇਲੈਕਸ਼ਨ ਤੇ ਉਹਨਾਂ ਦੇ ਵਿੱਚੋਂ MP ਨਿਕਲਦੇ। ਕਿੱਦਾਂ MP ਆਪਣੇ ਹੱਕ 'ਚ ਕਿੱਦਾਂ ਲਓਗੇ ਤੁਸੀਂ? ਤੁਹਾਨੂੰ ਤੁਹਾਡੇ ਤੇ ਵੋਟਾਂ ਨਹੀਂ ਪਾ ਰਹੇ, ਤੁਹਾਡੇ ਤੇ ਭਰੋਸਾ ਨਹੀਂ ਕਰ ਰਹੇ, MP ਕਿਵੇਂ ਹੋਣਗੇ? ਮੈਂ ਹਰ ਹਿੰਦੁਸਤਾਨ ਦੇ ਅਪੀਲ ਕਰੂੰਗਾ, ਆਪਣੀ ਫੇਸਬੁੱਕ 'ਚ, ਆਪਣੇ ਹਰ ਟਵਿੱਟਰ 'ਤੇ, ਹਰ ਜਗ੍ਹਾ ਇੱਕ ਇੱਕ ਬੰਦੇ ਨੌਜਵਾਨ ਨੂੰ ਕਹੂੰਗਾ ਵੀ ਤੂੰ ਖੜਾ ਹੋ, ਮੈਂ ਤੇਰੇ ਨਾਲ ਤੇਰੀ ਮਦਦ ਕਰੂੰਗਾ, ਕਿਉਂ ਨਹੀਂ ਲੜਾਂਗੇ? ਇੱਕ ਗਰੀਬ ਬੰਦਾ ਕਿਉਂ ਨਹੀਂ MLA ਬਣ, ਇੱਕ ਚਾਹ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ, ਇੱਕ ਸਾਡਾ ਆਮ ਬੰਦਾ ਕਿਉਂ ਨਹੀਂ MLA ਬਣ ਸਕਦਾ, ਕਿਉਂ ਨਹੀਂ ਕੌਂਸਲਰ ਬਣ ਸਕਦਾ? ਹਰ ਇੱਕ ਮਹੱਲੇ ਦੇ ਪ੍ਰਧਾਨ ਨੂੰ ਤਨਖਾਹ ਨਹੀਂ ਮਿਲਦੀ, ਮੈਂ ਮਹੱਲੇ ਦੇ ਪ੍ਰਧਾਨ ਨੂੰ ਤਨਖਾਹ ਦਿਵਾਂਗਾ। ਕਮੀ ਕਿੱਥੇ ਰਹਿ ਰਹੀ ਹੈ? ਕਮੀ ਕਿੱਥੇ ਰਹਿ ਰਹੀ ਹੈ? ਲੋਕ ਵੋਟ ਕਿਉਂ ਨਹੀਂ ਪਾ ਰਹੇ ਤਾਂ? ਥੋੜੀ ਜਿਹੀ ਲੋਕਾਂ ਦੀ ਸਮਝ 'ਚ ਕਮੀ ਹੈ, ਉਹ ਸਮਝ ਮਤਲਬ ਲੋਕ ਸਿਆਣੇ ਨਹੀਂ ਤੁਸੀਂ, ਤੁਹਾਡੇ ਕਹਿਣ ਦਾ ਮਤਲਬ ਸਰਕਾਰ ਆ ਜਾਵੇ ਕਿ ਕੋਈ ਚੰਗਾ ਹੋ ਜਾਵੇ, ਹੋਰ ਵੀ ਬੇੜੇ ਕਰ ਕੋਈ ਨਹੀਂ, ਅੱਜ ਕਾਰੋਬਾਰ ਸਾਡੀ ਆਖਰੀ ਸਾਹ, ਪੰਜਾਬ ਸਾਡਾ ਆਖਰੀ ਸਾਹਾਂ 'ਤੇ ਆ, ਇਹਨੂੰ ਗੁੱਲੂ ਕੁਛ ਲੱਗਾ, ਪੰਜਾਬ ਨੂੰ ਬਸ ਆਖਰੀ ਸਾਹ ਨਿਕਲਦੇ ਪਏ ਆ। ਜਿਹੜੇ 2 ਸਾਲਾਂ ਦੇ ਵਿੱਚ ਇਹ ਕੁਛ ਹੋ ਗਿਆ ਹੋ ਗਿਆ, ਨਹੀਂ ਤਾਂ ਪੰਜਾਬ ਦੀ ਮਿੱਟੀ ਇੰਨੀ ਪਲੀਤ ਹੋ ਜਾਈ, ਹਿੰਦੁਸਤਾਨ ਦਾ ਇੰਨਾ ਬੇੜਾ ਗਰਕ ਹੈ, ਅੱਜ ਕਾਰੋਬਾਰ ਸਾਡਾ ਕਿੱਥੇ ਗਿਆ? ਅਤੇ ਪਿਛਲੇ 5 ਸਾਲ ਦੇ ਵੇਰਵੇ ਤੁਸੀਂ ਖੋਲ੍ਹੋ ਕਿ ਕਾਰੋਬਾਰ ਕਿੱਥੇ ਗਿਆ, ਕਦੀ ਸਾਨੂੰ ਮੋਦੀ ਸਾਹਿਬ ਸਰਕਾਰ ਮਾਰ ਦਿੰਦੇ ਆ, ਕਦੀ ਬਾਦਲ ਸਰਕਾਰ ਮਾਰ ਦਿੰਦੀ ਆ, ਵੀ ਸਾਨੂੰ ਜਦ ਵੀ ਪਈਆਂ ਮਾਰਾਂ ਪਈਆਂ। ਅੱਜ ਤੱਕ ਆਪਾਂ ਭਗਤ ਸਿੰਘ ਦੀ ਸ਼ਹੀਦੀ ਦਿਵਸ ਨੂੰ ਮਨਾ ਨਹੀਂ ਸਕੇ, ਨਾ ਉਹਨੂੰ ਸ਼ਹੀਦ ਕਰਾ ਸਕੇ। ਅੱਜ ਵੀ ਸਾਡੀ ਊਧਮ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ ਅੱਜ ਵੀ ਉਗਰਵਾਦੀ ਕਹਾਏ ਜਾਂਦੇ, ਕਿਉਂ? ਇਹਨਾਂ ਲੀਡਰਾਂ ਦੇ ਕਰਕੇ। ਪਹਿਲਾਂ ਸਾਡੇ ਦੇਸ਼ ਨੂੰ ਗੋਰੇ ਖਾ ਗਏ, ਹੁਣ ਆ ਲੀਡਰ ਖਾਣ ਡੇ, ਹੁਣ ਆਪਾਂ ਜੇ ਸਾਡੀਆਂ ਜੇਬਾਂ ਵਲੇ ਵੇਖਦੇ, ਇਹ ਆਪਣੇ ਪੰਜਾਬ ਦੇ ਹਾਲਾਤਾਂ ਦੀ ਤੁਸੀਂ ਗੱਲ ਕਰਦੇ ਹੋ, ਤੁਹਾਡੇ ਕੋਲ ਕੀ ਪਲਾਨ ਇਹੋ ਜਿਹਾ ਵੀ ਪੰਜਾਬ ਨੂੰ ਤੁਸੀਂ ਫੇਰ ਪਹਿਲਾਂ ਵਾਲਾ ਪੰਜਾਬ ਬਣਾ ਦਿਓ? ਮੈਨੂੰ ਇੱਕ ਮੌਕਾ ਦਿੱਤਾ ਜਾਂਦਾ ਤੇ ਮੈਂ ਜ਼ਰੂਰ ਦਿਖਾਉਂਦਾ ਕੀ ਕੀ ਕੁਝ ਪਲਾਨ ਤੇ ਦੱਸੋ ਲੋਕਾਂ ਨੂੰ ਵੀ ਮੇਰੇ ਕੋਲ ਆਹ ਪਲਾਨ ਬਹੁਤ ਜ਼ਬਰਦਸਤ ਸੀਗਾ, ਕਿਉਂਕਿ ਇਹਨਾਂ ਨੂੰ ਮੈਂ ਜਦ ਵੀ ਮੈਂ ਇੱਦਾਂ ਜਿਹੜੇ ਇੱਕ ਜਿਹੜੇ 3-3, 4-4 ਪੈਨਸ਼ਨਾਂ ਲੈ ਰਹੇ, 5-5 ਪੈਨਸ਼ਨਾਂ ਲੈ ਰਹੇ, 12-12-13-13 ਲੱਖ ਰੁਪਏ ਪੈਨਸ਼ਨ ਲੈ ਰਹੇ, ਜੇ ਸਰਕਾਰੀ ਮੁਲਾਜ਼ਮ ਇੱਕ ਪੈਨਸ਼ਨ ਤੇ ਜਿੰਦਾ, ਇਹ ਕਿਉਂ ਨਹੀਂ ਇੱਕ ਪੈਨਸ਼ਨ ਲੈਂਦੇ? ਇਹਨਾਂ ਨੇ ਬਹੁਤਾ ਕੰਮ ਕੀਤਾ, ਆਏ ਤੇ ਰਾਜਨੀਤੀ। ਨੀਟੂ ਜੀ ਇੱਕ ਗੱਲ ਮੈਨੂੰ ਜਵਾਬ ਦਿਓ, ਤੁਹਾਨੂੰ ਇਹ ਸਲਾਹ ਕੌਣ ਦਿੰਦਾ ਵੀ ਨੀਟੂ ਫਰਦੇ ਫਾਰਮ? ਤੁਸੀਂ ਤਾਂ ਇਦਾਂ ਕਰਦੇ ਹੋ, ਵਿਸਾਖੀ ਦੇ ਮੇਲੇ ਜਾਣਾ ਹੁੰਦਾ, ਚੱਕ ਕੇ ਫਾਰਮ ਦਾ ਉਹਦਾ ਫੜਾ ਦਿੰਦੇ SDM ਨੂੰ ਜਾਣਾ? ਮੈਂ ਕਹਿੰਦਾ ਕਿ ਮੈਂ ਅੱਜ ਕਹਿੰਦਾ ਕਿ ਮੋਦੀ ਸਰਕਾਰ ਸਾਰੇ ਪੂਰੇ ਹਿੰਦੁਸਤਾਨੀ ਦੇ ਲੱਖ ਲੱਖ ਰੁਪਏ ਅਕਾਊਂਟ 'ਚ ਪਾਵੇ, ਮੈਂ ਮੋਦੀ ਸਰਕਾਰ ਦੇ ਪੈਰ ਚੁੰਮਣ ਨੂੰ ਤਿਆਰ ਹਾਂ, ਅੱਜ ਉਹਨਾਂ ਦੀ ਪਾਰਟੀ ਅੱਗੇ ਮੈਂ ਗੁੱਠਣੇ ਟੇਕਣ ਨੂੰ ਤਿਆਰ ਹਾਂ, ਮੈਂ ਉਹਨਾਂ ਦਾ ਝੰਡਾ ਚੱਕੂੰਗਾ। ਅਗਰ ਜੇ ਕੈਪਟਨ ਸਰਕਾਰ ਪਾਏਗਾ ਤਾਂ ਮੈਂ ਕੈਪਟਨ ਮੈਂ ਆਪਣੇ ਵਾਸਤੇ ਨਹੀਂ ਕੁਛ ਮੰਗਦਾ, ਮੈਨੂੰ ਤੁਸੀਂ ਨਾ ਦਿਓ, ਜਿਹੜੀ ਜਨਤਾ ਦਾ ਹੱਕ ਬੰਦਾ ਦਿਓ। ਜਦ ਤੁਸੀਂ ਸਾਨੂੰ ਕਣਕ ਦੇ ਕੇ ਉਸ ਤੋਂ ਬਾਅਦ ਸਾਨੂੰ ਕੋਈ ਰੁਜ਼ਗਾਰ ਜਾਂ ਕੁਛ ਨਹੀਂ ਦਿੱਤਾ, ਕਣਕ ਦਿੱਤੀ ਸੀ ਪਹਿਲਾਂ ਸਾਨੂੰ ਰਾਸ਼ਨ ਕਾਰਡ ਦੇ ਵਿੱਚ ਖੰਡ ਵੀ ਮਿਲਦੀ ਸੀ, ਦਾਲ ਵੀ ਮਿਲਦੀ ਸੀ, ਘਿਓ ਵੀ ਮਿਲਦਾ ਸੀਗਾ, ਅੱਜ ਉਹ ਕਿਸੇ ਅੱਜ ਉਹ ਲੀਡਰਾਂ ਦੇ ਘਰ ਜਾ ਰਿਹਾ, ਅੱਜ ਉਹ ਲੀਡਰਾਂ ਦੇ ਘਰ ਜਾ ਰਿਹਾ। ਜੇ ਟੂਲ ਪਲਾਜ਼ਾ ਦੀ ਗੱਲ ਕਰੀਏ, ਟੂਲ ਪਲਾਜ਼ਾ ਇੰਨਾ ਮਹਿੰਗਾ ਹੋ ਗਿਆ, ਕਿਸੇ ਮੰਤਰੀ ਨੇ ਕਿਸੇ ਸੰਤਰੀ ਉਹਨਾਂ ਨੇ ਮੈਨੂੰ ਵੀ ਕਹਿਤਾ ਵੀ ਤੇਰੀ ਗੱਡੀ ਫ੍ਰੀ, ਮੇਰੇ ਕੋਲ ਗੱਡੀ ਹੈ ਨਹੀਂ, ਮੇਰੇ ਕੋਲ ਮੋਬਾਈਲ ਮੋਟਰਸਾਈਕਲ, ਅੱਜ ਤੁਹਾਨੂੰ ਕਿਸ਼ਤਾਂ ਤੇ ਲਿਆ, ਕਿਸ਼ਤਾਂ ਟੁੱਟ ਗਈਆਂ ਤੇ ਮੋਟਰਸਾਈਕਲ ਚੱਕ ਲਏ ਲੋਕਾਂ ਨੇ। ਅੱਜ ਤੁਹਾਨੂੰ ਜਿੱਤ ਨਹੀਂ ਪ੍ਰਾਪਤ ਹੋਈ, ਫਿਰ ਤੁਸੀਂ ਗੁੱਸਾ ਕਿਤੇ ਤੇ ਕੱਢ ਰਹੇ ਹੋ, ਆਪਣੇ ਕੱਪੜੇ ਪਾ ਰਹੇ ਹੋ ਤੁਸੀਂ? ਗੁੱਸਾ ਇਸ ਕਰਕੇ ਦੇਖੋ ਜੀ, ਕੁਛ ਕਾਂਗਰਸ ਨੇ ਧੱਕੇ ਕੀਤੇ, ਧੱਕੇ ਮਾਰੇ ਸਾਨੂੰ ਮਾਰੇ ਗਏ, ਇਹ ਧੱਕਾ ਹੋ ਰਿਹਾ ਕਿੰਨੇ ਕੀਤੇ? ਅੱਜ ਮੈਂ ਹਿੰਦੁਸਤਾਨ ਨੂੰ, ਪੂਰੇ ਹਿੰਦੁਸਤਾਨ ਨੂੰ ਕਹੂੰਗਾ ਵੀ ਸਾਰੇ ਹਿੰਦੁਸਤਾਨੀ ਇੱਕ ਵਾਰੀ ਫਿਰ ਸੜਕ ਤੇ ਉਤਰੋ, ਇਨਕਲਾਬ ਜ਼ਿੰਦਾਬਾਦ ਦਾ ਨਾਰਾ ਤੁਹਾਨੂੰ ਲਾਉਣਾ ਪੈਣਾ। ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਜਿਹਨੇ ਜ਼ੋਰਾਂ ਕਿਹਾ ਵਾ ਉਹਨਾਂ ਦੇ, ਜੇ ਤੁਸੀਂ ਉਹਨੂੰ ਜੈ ਭੀਮ ਜੈ ਭਾਰਤ ਨੂੰ ਨਾਰਾ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਹੋ ਜਾਂ ਕੁਛ ਕਰਨਾ ਚਾਹੁੰਦੇ ਹੋ,
पर लेकिन आ मैं तुम दसना चाहना जो सा रविदास गुरु भाई का चरण ठोकर पहुंची है ना शायद साढ़े मन के द्वारा कोई आए तो मैं एक बार बन के हिंदुस्तान का पूरा नक्शा बनूंगा हिंदुस्तान जो मेरे बंद खड़े ना मेरे जज वा पंजाब पुलिस आर्मी है मिलिट्री है कमांडो वा पर लेकिन उन्होंने वोट इस शहर से फुगाड़े नहीं है किसी फिर भी रमन शर्मा जी ने बालाजी ऑफिस वाले ने और पारस डिजाइनर वाले पावा साहब भी है मेरे होर भी बंदे बड़े जिन्होंने मेरे दुग्गल साहब दुग्गल साहब है उन्होंने मेरी बड़ी मदद की थानू पता भी है कि जो कोई चोन लड़ता तो जित हार जी जरूर होंगी है तो जे पता कि तुम हार भी सकते हो बाकी कैंडीडेट जो कोई इदा की जी हरकत नहीं करते मैडम मैं चार फैसला भरिया इन्होंने चार रिजैक्ट क्यों कराई किसी भी मीडिया ने कैप्टन पूछा मोदी ने पूछा राहुल गांधी ने पूछा सोनिया गांधी ने पूछा किसी ने नहीं पूछा क्योंकि उन्होंने तक पहुँच नहीं सकते आप मेरे तक तो पहुँच गए सारे उन्होंने तक जो पहुँचना सू टाइम लगना अज सनी देओल को कहा जाए भी तू वोटा करके गुरदासपुर से गेड़ा मारिया दोबारा गेड़ा मारिया उन्हें नहीं आया की लोड़ पई है क्योंकि सिलमे हो गए बंद रोटी पानी हो गया बंद यार दो अपने बच्चों का ढिड भरो चोरी तो नहीं की बंदे तो नहीं मरवाए कुछ नंगे नाचते जनानी नाचते नहीं दिना चाहे किसी ने नशा पत्ता दिता अज लेडीज़ पंजाब पुलिस हरियाणे की कुटी गई किसी मंत्री का जवाब है नंगी करके कुटी पंजाब पुलिस से अत्याचार होया किसी ने बयान दिता अस उदे करतार सिंह सराभे दे वल भी और घर वाल गए थे घर का हालात देखा किसी ने नहीं देखा जे आप करिए फतेहवीर की गल फतेहवीर जरा खूह च डिग पे बच्चा उस तो बाद कोई बयान आया एक लेडीज़ जी इतने बरनाले कुटी सी एक सिख भाई थी दिल्ली के पग ला दी जब भी साडा ध्यान गया इन्होंने चक के पानी खोल दिता हूं असि की करिए असि इन्होंने इल्जाम लाने जब तक जींदे हैं अकाली दल शामिल होने तैयार मैं मेरी जनता जे राष्ट्रपति भी बनता मेरा मुद्दा है ना राष्ट्रपति कहते कि राष्ट्रपति हुंदा राजा जे देश दी राजा प्रजा सुखी नहीं गई उन्हूं राजा बनदा कोई चांस नहीं बस तुसीं राजा बनना चाहुंदे हो काम नहीं करना चाहुंदे मैं राजा बनना चाहुंदा मैं राष्ट्रपति नूं गल करां जे असीं राष्ट्रपति पूरे हिंदुस्तान ने चुनिया उहदा फर्ज बनदा साडे तक चीज़ पहुँचाणी जे मुद्रा लोन करिए मुद्रा लोन ते मोदी खा गया साडे तक ते पहुँचिया नहीं असीं किहनूं दसीए हुण मोदी मेरी गल सुणे ते मैं गल करां पिछली बार मैं भी पॉइंट बैन लई राष्ट्रपति मिलने वास्ते उन्होंने ईमेल पाती पर मेरे थोड़े घर च दर्द हो गई थी मैं नहीं जा सकता मेरी गलती है उन्होंने गलती नहीं गलती मेरी सी मैं मेरी मजबूरियां कुछ मेरे हालात मारे हैं पर मैं कहना भी तू सारे बंदे नूं अज दी डेट दे विच सारियां को किसी को कोई पैसा नहीं गा अज त्योहारां दे दिन लोकां जेबां खाली है लोग एक दूसरे के मूँह वाल देखण डे एक किदे करके कल नूं एक ऐसा दिन आना लोकां ने त्योहार ही भुल जाणा इहदा हल ते दसो सरकार इहदा हल ते दसो इहदा तक सरकार नूं एक वारी खजाना लुटाना पैणा सरकार नूं लोकां दी मदद करनी पैणी है सरकार नूं राजमिस्त्री तरखान हर एक घर के एक एक लख रुपया पाना पैना जे 15-15 लख नहीं पसदा मोदी 14 लख आप माफ़ किया लख लख रुपया पावे लख लख तो पसदा जे कैप्टन सरकार सरकारी नौकरी एक घर दे तो अज साडा पंजाब दा तुहानू लगदा भी हर घर दे विच सरकारी नौकरी दित्ती जा सकदी अज डिमांड हुण साडे देखो 100% जनता सी जिन्हां तों 50% पहले बाहर चल गई 30% होर तैयार हो गई 30% होर तैयार आ उन्हां नूं TRP नहीं मिलदी पई ਪੰਜਾਬੀਆਂ ਨੂੰ TRP ਨਹੀਂ ਮਿਲਦੀ ਪਈ ਲੈਟਰਿੰਗ ਦੇ ਵਿੱਚ ਸੋਨਾ ਪੈ ਰਿਹਾ ਪਰ ਤੁਸੀਂ TRP ਲੈ ਰਹੇ ਹੋ ਪੰਜਾਬੀਆਂ ਨੂੰ ਮਿਲ ਰਹੀ ਹੈ ਨਾ ਮਿਲ ਰਹੀ ਹੈ ਸੋਰੇ ਸੌਂ ਰਹੇ ਉੱਥੇ ਪੰਜਾਬੀਆਂ ਦਾ ਕੁੜੀਆਂ ਦਾ ਮੁੰਡਿਆਂ ਦਾ ਇੰਨਾ ਜਿਨਾ ਹਰਾਮ ਕੀਤਾ ਕਿਸੇ ਮੰਤਰੀ ਨੇ ਕਿਹਾ ਵੀ ਮੈਂ TRP ਦਵਾ ਦਵਾਂ ਬਾਹਰ ਜਾ ਕੇ ਕਿਉਂ ਉਹ ਕਹਿੰਦੇ ਕਿ ਜੇ ਬਾਹਰ ਮਰਦੇ ਮਰਨ ਦੇ ਇੱਥੇ ਵੀ ਤੁਸੀਂ ਮਾਰਨਾ ਹੀ ਆ ਇਹ ਦੂਸਰੇ ਗੋਰੇ ਆ ਜਿਹੜੇ ਬਾਗ ਜੀ ਜਿਹੜੀ ਗੋਲੀਆਂ ਚੱਲੀਆਂ ਸੀ ਨਾ ਉਹਨਾਂ ਦੇ ਸ਼ਰਮ ਚਲਾਈਆਂ ਤੇ ਲੁੱਕ ਲੁੱਕ ਕੇ ਚਲਾਉਂਦੇ ਪਏ ਅੱਛਾ ਆਖਰੀ ਸਵਾਲ ਆ ਮੇਰਾ ਤੁਹਾਡੇ ਤੋਂ ਜੀ ਫਗਵਾੜੇ ਦੇ ਵਿੱਚ ਚੋਣ ਲੜਨ ਗਏ ਤੁਸੀਂ ਮੈਨੂੰ ਲੱਗਦਾ ਪਰਿਵਾਰ ਨੂੰ ਵੀ ਦੂਜੀਆਂ ਸੀਟਾਂ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਨਾ ਜੀ
ਫਗਵਾੜੇ ਲਈ ਤੁਹਾਡਾ ਵਿਜ਼ਨ ਕੀ ਸੀਗਾ? ਤੁਹਾਡਾ ਪਹਿਲਾਂ ਮੈਨੂੰ ਇਹ ਦੱਸੋ, ਤੁਹਾਡੇ ਖਿਲਾਫ਼ ਕੈਂਡੀਡੇਟ ਕਿਹੜੇ ਕਿਹੜੇ ਸੀਗੇ? 9-8 ਕੈਂਡੀਡੇਟ ਸੀਗੇ ਅਤੇ ਕੈਂਡੀਡੇਟ ਦੇਖੋ ਜੀ ਕਿਹੜੇ ਕਿਹੜੇ ਸੀਗੇ, ਨਾਂ ਦੱਸੋ ਸਾਰੇ ਸੀਗੇ ਕੈਂਡੀਡੇਟ ਕਿਹੜੇ ਕਿਹੜੇ ਸੀਗੇ, ਨਾਂ ਦੱਸੋ ਮੈਂ ਤੁਹਾਨੂੰ ਦੱਸਦਾ, ਇੱਕ ਮਿੰਟ ਮੇਰੀ ਗੱਲ ਸੁਣੋ। ਜਿਹੜੇ ਕੈਂਡੀਡੇਟ ਸੀਗੇ ਆਪਣੇ ਕੈਂਡੀਡੇਟ ਹਰ ਕਿਸੇ ਜੋਰ ਨਹੀਂ, ਨਾਂ ਦੱਸੋ ਮੈਨੂੰ ਬਾਏ ਨੇਮ ਦੱਸੋ ਕਿਹੜੇ ਕੈਂਡੀਡੇਟ ਦਾ ਤੁਹਾਡਾ ਮੁਕਾਬਲਾ ਸੀ, ਕਿਹਦੇ ਨਾਲ ਤੁਸੀਂ? ਮੈਂ 2-3-4 ਯਾਦ ਆ, ਠੀਕ ਹੈ, ਕਿਹੜੇ ਨੇ? ਬਾਕੀ ਦੇ ਸਾਰੇ ਨਵੇਂ ਸੀਗੇ, ਧਾਰੀਵਾਲ ਸੀਗੇ, ਬਾਘਾ ਸੀਗਾ, ਠੀਕ ਹੈ ਜੀ, ਹਾਥੀ ਸੀ, ਹਾਥੀ ਵਾਲੇ ਸੀਗੇ, ਇੱਕ ਉਹ ਆਪਣੇ ਉਹ ਵਾਲੇ ਨੰਗਲ ਸੀਗੇ, 5-6 ਜਿਹਨਾਂ ਨੂੰ ਆਪਾਂ ਲਾਗੇ ਬੈਠ ਕੇ, ਜਿਹਨਾਂ ਨੇ ਬੈਠੇ ਕੋਲ ਉੱਤੇ ਚਾਹ ਪੀਤੀ ਉਹਨਾਂ ਨੂੰ ਆਪਾਂ ਜਾਣਦੇ ਸੀਗੇ। ਬਾਕੀ ਬਾਕੀ ਤੇ ਚਾਹ ਜਗਾੜਤਾ ਨਹੀਂ ਕਰਨਗੇ, ਡੇਢ ਮਹੀਨਾ ਲੱਗ ਗਿਆ ਇਹਨਾਂ ਦੇ ਨਾਲ ਬਹਿ ਕੇ। ਸਾਨੂੰ ਐਸਡੀਐਮ ਸਾਹਿਬ ਦੇ ਆਫਿਸ ਬੁਲਾਇਆ, ਕਹਿੰਦੇ ਯਾਰ ਸਾਰੇ ਕੈਂਡੀਡੇਟ ਆ ਜੀ, ਦੇਖ ਲਓ ਇੱਕ ਦੂਸਰੇ ਨੂੰ। ਅਸੀਂ ਕਿਹੜਾ ਉਹਨਾਂ ਨਾਲ ਵਿਆਹ ਕਰਾਉਣਾ ਸੀਗਾ? ਵਿਆਹ ਦੀ ਗੱਲ ਨਹੀਂ, ਇਹ ਗੱਲ ਸੀਗੀ ਹੱਕ ਦਿਵਾਉਣ ਦੀ। ਮੈਂ ਹੱਕ ਦਿਵਾਉਣ ਵਾਸਤੇ ਰਾਜਨੀਤੀ ਵਿੱਚ ਆਇਆ, ਮੇਰਾ ਕੋਈ ਪ੍ਰੋਸੀਜਰ ਨਹੀਂ ਹੈਗਾ। ਅੱਜ ਲੋਕਾਂ ਨੂੰ ਲੱਖ ਰੁਪਏ ਪਹਿਲੇ ਮੈਂ ਮੋਦੀ ਸਰਕਾਰ ਦਾ ਆਪਣੇ ਘਰ ਝੰਡਾ ਗੱਡ ਦੇਣਾ ਤੇ ਮੈਂ ਕੀ ਕਰੂੰਗਾ? ਮੈਂ ਤਾਂ ਉਸ ਤੋਂ ਬਾਅਦ ਕੰਮ ਨਹੀਂ ਕਰਦਾ। ਰਾਜਨੀਤੀ ਵਿੱਚ ਤੁਸੀਂ ਆਏ, ਇਲੈਕਸ਼ਨ ਲੜੀ ਤੁਸੀਂ, ਪਰਿਵਾਰ ਦੇ ਲਈ, ਆਪਣੇ ਬੱਚਿਆਂ ਦੇ ਲਈ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਨਹੀਂ ਮਿਲਿਆ? ਪਰਿਵਾਰ ਨੂੰ ਕਿੰਨੇ ਦਿਨ ਹੋ ਗਏ ਉਹਨਾਂ ਦੀ ਕੋਈ ਸੇਵਾ ਨਹੀਂ ਕੀਤੀ ਤੁਸੀਂ? ਮੈਂ ਤੇ ਰਾਤ ਨੂੰ ਜਾਣਾ ਜੀ ਘਰ, ਦਿਨੇ ਆਪਣੇ ਸਵੇਰੇ ਨਿਕਲ ਆਉਣਾ, ਜਿੰਨਾ ਕੰਪੈਨਿੰਗ ਹੁੰਦੀ ਮੈਂ ਕਰਦਾ, ਦੌੜ ਭੱਜ ਕਰਦਾ। ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ। ਅੱਜ ਵੀ ਕੋਈ ਵੀ ਖਬਰ, ਕੋਈ ਵੀ ਨਿਊਜ਼ ਆਉਂਦੀ, ਮੇਰੇ ਲੱਖਾਂ ਰਾਤ ਦਿਨ ਫੋਨ ਚੱਲਦੇ, ਕਹਿੰਦੇ ਭਾਈ ਤੁਸੀਂ ਰੁਕਣਾ ਨਹੀਂ, ਅਸੀਂ ਤੁਹਾਡੇ ਨਾਲ ਆ। ਬਾਹਰ ਦੇ ਦੇਸ਼ ਚੋਂ, ਦੇਸ਼ ਵਿਦੇਸ਼ ਤੋਂ ਮੈਨੂੰ ਕਰੋੜਾਂ ਲੋਕਾਂ ਦੇ ਫੋਨ ਆਏ, ਕਰੋੜਾਂ ਲੋਕਾਂ ਦੇ ਫੋਨ ਆਏ, ਲੋਕਾਂ ਦਾ ਤੁਹਾਨੂੰ ਵੋਟਾਂ ਵੀ ਪਈਆਂ। ਅੱਜ ਵੀ ਦੇਖੋ ਕਰੋੜਾਂ ਫੋਨ ਆ ਰਹੇ ਲੋਕਾਂ ਦੇ, ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਜਦੋਂ ਨਤੀਜੇ ਹੁੰਦੇ ਨੇ, ਫਿਰ ਜਦੋਂ ਨਤੀਜੇ ਹੁੰਦੇ ਇਹ ਡਰਾਮਾ ਕਿਉਂ ਕ੍ਰੀਏਟ ਕਰਦੇ ਹੋ? ਫਿਰ ਇਹ ਡਰਾਮਾ ਕਰਕੇ, ਡਰਾਮਾ ਨਹੀਂ ਹੈਗਾ ਸਰ, ਇਹ ਲੋਕਾਂ ਦੇ ਵਾਸਤੇ, ਹੱਕ ਵਾਸਤੇ ਲੜਾਈ ਹੈ। ਡਾਕਟਰ ਅੰਬੇਦਕਰ ਸਾਹਿਬ ਨੇ ਜੋ ਕਿਹਾ ਸੀ ਨਾ, ਇਹ ਗਰੀਬਾਂ ਵਾਸਤੇ ਇਲੈਕਸ਼ਨ ਸੀਗੇ, ਇਹ ਸਾਡੇ ਕਰੋੜਪਤੀ ਲੈ ਗਏ, ਪਤੀ ਲੈ ਕੇ ਸਾਡੇ। ਗੁੱਸਾ ਕਿਹਦੇ ਤੇ ਕੱਢਦੇ ਹੋ? ਲੋਕਾਂ ਦੀ ਸਰਕਾਰ, ਲੋਕਾਂ ਨੇ ਚੁਣਨਾ ਹੁੰਦਾ, ਲੋਕਾਂ ਨੇ ਨਹੀਂ ਤੁਹਾਡੇ ਤੁਹਾਨੂੰ ਚੁਣਿਆ, ਫਿਰ ਲੋਕਾਂ ਗੁੱਸਾ ਕਿਹਦੇ ਕੱਢਦੇ ਪਏ? ਆਪਾਂ ਲੋਕਾਂ ਦੱਸਾਂਗੇ, ਜਾਗਰੂਕ ਕਰਾਂਗੇ। ਆਪਣਾ ਕੱਪੜੇ ਤੁਸੀਂ ਜੇ ਕੱਪੜੇ ਜਾਣ ਦਾ ਪਾਇਆ ਤੇ ਫੇਰ ਟੀਆਰਪੀ ਆ ਕੱਪੜੇ ਤਾਂ ਪਾੜ ਦਿਓ ਮੀਡੀਆ ਕਿ ਭਗਤ ਸਿੰਘ ਫਾਂਸੀ ਨਾਲ ਚੜਦਾ ਤੇ ਦੇਸ਼ ਆਜ਼ਾਦ ਹੀ ਨਹੀਂ ਹੋਣਾ ਕਦੀ। ਇੱਕ ਨੂੰ ਮਰਨਾ ਪੈਣਾ, ਇੱਕ ਨੂੰ ਮਰਨਾ ਪੈਣਾ। ਮੋਦੀ ਸਰਕਾਰ ਨੇ ਤਾਂ ਲੱਖ ਲੱਖ ਰੁਪਏ ਪਾਣਾ, ਨਹੀਂ ਤਾਂ ਕਿਸੇ ਦੇ ਨਹੀਂ ਪਾਣਾ। ਉਹ ਕੈਬਨਿਟ ਸਰਕਾਰ ਦੇ ਵੀ ਨੌਕਰੀ ਪਾਈ ਗਈਆਂ, ਪਰ ਇਦਾਂ ਕਿੰਨਾ ਟਾਈਮ ਤੱਕ ਚੱਲੇਗਾ ਇਦਾਂ? ਸਰਕਾਰ ਜਿਹੜੀ ਪੈਸੇ ਦੇ ਦੇਵੇ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਰੁਜ਼ਗਾਰ ਮਿਲਣਾ ਚਾਹੀਦਾ ਨੌਜਵਾਨਾਂ ਨੂੰ, ਤੇ ਜੇਕਰ ਪੈਸੇ ਹੀ ਅਕਾਊਂਟ ਦੇ ਵਿੱਚ ਆ ਗਏ ਤੇ ਫਿਰ ਨੌਜਵਾਨਾਂ ਨੂੰ ਰੁਜ਼ਗਾਰ ਦੀ ਕਾਹਦੀ ਲੋੜ ਰਹੇਗੀ? ਹਰ ਘਰ ਦੇ ਸਮੱਸਿਆ ਪਈ ਆ, ਹਰ ਘਰ ਦੇ ਵਿੱਚ ਮੈਡਮ ਬੰਦੇ ਬਿਮਾਰ ਆ, ਜਿਨ੍ਹਾਂ ਦੇ ਘਰ 800-800 ਰੁਪਏ ਪੈਨਸ਼ਨ ਲੈਣੀ, ਜਾ ਕੇ ਬੈਂਕ ਦੇਖੋ, ਬਜ਼ੁਰਗ ਤੱਕੇ ਖਾਂਦੇ ਪਏ, ਹਿੰਦੁਸਤਾਨ ਚ ਪੂਰੇ ਜਾਤ ਲੜਾਉਣੇ, ਬੰਦੇ ਆਪਣੇ ਸਾਰੇ ਖੜੇ ਕਰਨੇ, ਸਾਰੇ ਮੇਰੇ ਛੱਲ ਬਣ ਜਾਣੇ। ਕਿੰਨੇ ਬੰਦੇ ਇਕੱਠੇ ਕਰ ਲਏ ਤੁਸੀਂ? ਮੈਂ ਸਾਰੇ ਬੰਦੇ ਇਕੱਠੇ ਕਰੂੰਗਾ, ਹਰ ਸ਼ਹਿਰ ਪਾਰਟੀ ਨਾਲ ਵੀ ਰਲ ਸਕਦੇ ਹੋ? ਹਾਂਜੀ, ਕਿਸੇ ਪਾਰਟੀ ਨਾਲ ਵੀ ਹੋਈ ਗੱਲ, ਆਜ਼ਾਦ ਹੀ ਲੜਨਾ, ਕਿਉਂਕਿ ਇਹਨਾਂ ਨੂੰ ਦਿਖਾਉਣ ਵਾਸਤੇ ਵੀ ਜੇ ਤੁਸੀਂ ਕੁਝ ਕਰ ਸਕਦੇ ਹੋ, ਅਸੀਂ ਵੀ ਘੱਟ ਨਹੀਂ ਤੜਦੋ, ਅਸੀਂ ਵੀ ਇੱਕ ਰੱਖ ਵੱਧ ਰੱਖਾਂਗੇ। ਆਪਾਂ ਸਾਰੇ ਦਲਿਤ ਸਮਾਜ, ਜਿੰਨਾ ਸਮਾਜ ਹੈ ਮੇਰਾ, ਸਾਰਾ ਇਕੱਠਾ ਕਰਕੇ ਆਪਾਂ ਇਹ ਨਹੀਂ ਕਿ ਖਾਲੀ ਆਪਾਂ ਝਾੜੂ ਮਾਰਨ ਜੋਗੇ ਰਹਿ ਗਏ, ਨਹੀਂ, ਜਾਂ ਆਪਾਂ ਆਪਣੇ ਛੋਟੇ ਮੋਟੇ ਕੰਮ ਕਰਨ ਵਾਸਤੇ ਆਪਾਂ ਵੀ ਅਫਸਰ ਬਣਨਾ। ਉਹਨਾਂ ਅਫਸਰਾਂ ਨੂੰ, ਮੈਂ ਬੰਦਿਆਂ ਨੂੰ, ਆਪਣੇ ਸਟੂਲ ਕਾਸਟ ਵੀਰਾਂ ਨੂੰ, DIG, IG ਕਮਿਸ਼ਨਰ, DGP ਰਿੰਕ ਵੱਡੇ ਲੈ ਕੇ ਜਾਊਂਗਾ ਕਿ ਤਾਂ ਕਿ ਉਹ ਮੇਰੇ ਵੀਰ, ਮੇਰੇ ਭਰਾ ਮੇਰੇ ਨਾਲ ਖੜੇ ਹੋਣੇ ਚਾਹੀਦੇ। ਨੀਟੂ ਜੀ ਸਟੂਡੀਓ ਵਿੱਚ ਆਏ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਨੀਟੂ ਸ਼ਟਰਾਂਵਾਲਾ, ਜਿਨ੍ਹਾਂ ਦੇ ਵੱਲੋਂ ਇੱਕ ਵਾਰ ਫਿਰ ਕਿਸਮਤ ਅਜ਼ਮਾਏਗੀ ਫਗਵਾੜਾ ਤੋਂ ਜ਼ਿਮਨੀ ਚੋਣ ਲੜ ਕੇ। ਲੋਕਾਂ ਨੇ ਫਤਵਾ ਇੱਕ ਵਾਰ ਫਿਰ ਜਿਹੜਾ ਇਹਨਾਂ ਦੇ ਹੱਕ ਵਿੱਚ ਨਹੀਂ ਦਿੱਤਾ ਹੈ, ਸਾਫ਼ ਤੌਰ ਦੇ ਉੱਤੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਨਕਾਰਿਆ ਗਿਆ। ਲਗਾਤਾਰ ਲੋਕ ਇਹਨਾਂ ਨੂੰ ਫੋਨ ਵੀ ਕਰ ਰਹੇ ਨੇ ਇਲੈਕਸ਼ਨ ਲੜਾਉਣ ਲਈ, ਪਰ ਲੋਕ ਵੋਟਾਂ ਦੇ ਰੂਪ ਦੇ ਵਿੱਚ ਜਿਹੜੇ ਤਬਦੀਲ ਨਹੀਂ ਹੁੰਦੇ, ਔਰ ਲਗਾਤਾਰ ਹਾਰ ਮਿਲ ਰਹੀ ਹੈ, ਘਰ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ, ਪਰ ਬਾਵਜੂਦ ਇਸ ਦੇ ਕਹਿੰਦੇ ਨੇ ਵੀ ਦੇਸ਼ ਨੂੰ ਸੁਧਾਰਨਾ, ਇਸ ਕਰਕੇ ਮੈਂ ਇਲੈਕਸ਼ਨ ਲੜੂੰਗਾ। ਭਾਵੇਂ ਪੰਜਾਬ ਦੇ ਇਹਨਾਂ ਨੂੰ 22 ਜ਼ਿਲ੍ਹਿਆਂ ਦਾ ਨਹੀਂ ਪਤਾ ਵੀ ਪੰਜਾਬ ਦੇ ਜ਼ਿਲ੍ਹੇ ਕਿੰਨੇ ਨੇ, ਪਰ ਫਿਰ ਵੀ ਦੇਸ਼ ਦਾ ਰਾਸ਼ਟਰਪਤੀ ਬਣਨਾ ਚਾਹੁੰਦੇ ਨੇ ਔਰ ਦੇਸ਼ ਨੂੰ ਇੱਕ ਮੁਕਾਮ 'ਤੇ ਲੈ ਕੇ ਜਾਣ ਦਾ ਦਾਅਵਾ ਕਰਦੇ ਨੇ। ਫਿਲਹਾਲ ਦੇ ਲਈ ਦੇਖਦੇ ਰਹੋ ਦੈਨਿਕ ਸੂਰਿਆ TV।